ਰਾਜਪੁਰਾ ਦੇ ਆਰਿਆ ਸਮਾਜ ਮੰਦਿਰ ਵਿੱਚ ਇੱਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ PPCC ਮੈਂਬਰ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿੱਥੇ ਨਿਰਭੈ ਸਿੰਘ ਕੰਬੋਜ ਵੱਲੋਂ 1000 ਦੇ ਕਰੀਬ ਲੋਕਾਂ ਨੂੰ ਨਵੇਂ ਪੈਨਸ਼ਨ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਨਿਰਭੈ ਸਿੰਘ ਮਿਲਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਗਰੀਬ ਲੋਕਾਂ, ਬਜ਼ੁਰਗਾਂ, ਵਿਧਵਾਵਾਂ ਤੇ ਲੋਕ ਭਲਾਈ ਸਕੀਮਾਂ ਦੇ ਤਹਿਤ ਪੈਨਸ਼ਨ ਦੇ ਉਹਨਾਂ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹੈ। ਪਹਿਲੀ ਕਿਸ਼ਤ ਵਿੱਚ ਭਰੇ ਫਾਰਮਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ ਹੈ ਤੇ ਜਲਦ ਹੀ ਹੋਰ ਲੋਕਾਂ ਨੂੰ ਵੀ ਪ੍ਰਮਾਣ ਪੱਤਰ ਜਾਰੀ ਕੀਤੇ ਜਾਣਗੇ। ਅਰਾਊਂਡ 1000 ਦੇ ਨੇੜੇ ਲਾਭਪਾਤਰੀਆਂ ਨੂੰ ਅੱਜ ਪੈਨਸ਼ਨ, ਜੋ ਨਵੀਂ ਪੈਨਸ਼ਨ ਉਹਨਾਂ ਨੂੰ ਅਲੋਟ ਕੀਤੀ ਗਈ ਹੈਗੀ ਹੈ, ਉੱਥੇ ਸਰਟੀਫਿਕੇਟਸ ਦੀ ਡਿਸਟ੍ਰੀਬਿਊਸ਼ਨ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਔਰ ਇਸ ਮੁਹਿੰਮ ਨੂੰ ਅੱਗੇ ਚੱਲ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨੂੰ ਕਰਦੇ ਵੀ ਆ ਰਹੇ ਹਾਂ। ਪਹਿਲਾਂ ਛੋਟੇ ਸਕੇਲ 'ਤੇ ਕਰਦੇ ਸੀਗੇ, ਇਹ ਪਹਿਲੀ ਵਾਰ ਅਸੀਂ ਵੱਡੇ ਸਕੇਲ 'ਤੇ ਪ੍ਰੋਗਰਾਮ ਕੀਤਾ ਔਰ ਆਉਣ ਵਾਲੇ ਸਮੇਂ 'ਚ ਇਹ ਜਿਤਨੀਆਂ ਵੀ ਜਿਹੜੇ ਲਾਭਪਾਤਰੀ ਜੋ ਜ਼ਰੂਰਤਮੰਦ ਹਨ ਉਹਨਾਂ ਨੂੰ ਅਸੀਂ ਵੱਡੇ ਸਤਰ 'ਤੇ ਘਰ ਘਰ ਜਾ ਕੇ ਸਾਡੀ ਟੀਮ ਪੁਰਜ਼ੋਰ ਮਿਹਨਤ ਕਰ ਰਹੀ ਹੈ। ਦੋਵੇਂ ਬਲਾਕ ਕਾਂਗਰਸ ਕਮੇਟੀਜ਼ ਸ਼ਹਿਰੀ ਅਤੇ ਦਿਹਾਤੀ ਇਹ ਪੂਰੇ ਐਫਰਟਸ ਦੇ ਨਾਲ ਲੱਗੇ ਹੋਏ ਨੇ ਔਰ ਵੱਡੇ ਲੈਵਲ 'ਤੇ ਕੋਈ ਵੀ ਜਿਹੜੇ ਰਹਿ ਗਏ ਆ ਲਾਭਪਾਤਰੀ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਇਹੋ ਜਿਹਾ ਅਸੀਂ ਛੱਡ ਮਤਲਬ ਕਿ ਆਪਾਂ ਅਲੱਗ ਨਹੀਂ ਰਹੇਗਾ, ਬੰਦੇ ਸਾਰੇ ਨਾਲ ਜੁੜਨਗੇ। ਜਿਹੜੇ ਜਿਨ੍ਹਾਂ ਦੀ ਲੱਗ ਗਈ ਹੈ ਪੈਨਸ਼ਨ ਉਹਨਾਂ ਨੂੰ ਵਧਾਈ, ਜਿਹੜੇ ਰਹਿ ਗਏ ਨੇ ਉਹਨਾਂ ਦੀ ਵੀ ਬਹੁਤ ਹੀ ਜਲਦ ਸਾਡੇ ਟੋਟਲ ਟੀਮਸ ਸ਼ਹਿਰੀ ਅਤੇ ਦਿਹਾਤੀ ਉਹਨਾਂ ਤੱਕ ਅਪਰੋਚ ਕਰਕੇ ਪੈਨਸ਼ਨਾਂ ਲਵਾ ਕੇ। ਸਰਕਾਰ ਬਣਦੇ ਸਾਰ ਹੀ 250 ਰੁਪਏ ਦਾ ਜਿਹੜਾ ਵਾਧਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣਾ 500 ਰੁਪਏ ਤੋਂ 750 ਰੁਪਏ ਜਿਹੜੀ ਪੈਨਸ਼ਨ ਕਰ ਦਿੱਤੀ ਸੀਗੀ ਔਰ ਸਰਕਾਰ ਦੇ ਵਿਚਾਰ ਅਧੀਨ ਹੈ, ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਕਮੈਂਟ ਨਹੀਂ। ਇਹਦੀ ਰੂਟੀਨ 'ਚ ਜੋ ਸਟੈਂਡਰਡ ਹੈਗਾ ਜੀ, ਫਸਟ ਵੀਕ ਦੇ ਵਿੱਚ ਤਕਰੀਬਨ ਪੇਮੈਂਟ ਸਾਰੀਆਂ ਆ ਜਾਂਦੀਆਂ।